नमस्कार सत श्री अकाल जी, अपने चैनल तुहाडा स्वागत है जी सारिआं दा। अपने वीर भैन भरा अज साडे नाल सुरिंदर ते हरदीप पिछे माई ब्रो, ते तुहानूं पता ही है हरदीप बारे ते हर ब्लॉग च आपां इकट्ठे हुंदे आ दोवें भरा। अज साडे नाल सुरिंदर साहब ने ते इस टाइम ਜੇ ਨੇ ਰਾਤ ਦੇ ਕਰੀਬ 12 ਵਜ ਚੱਲੇ ਨੇ, 11:30 ਆਏ ਨੇ ਅਤੇ ਅਸੀਂ ਹੁਣੇ ਨਿਕਲੇ ਸੀ ਘਰੋਂ, 10 ਵਜੇ ਨਿਕਲੇ ਸੀ ਕਿਉਂਕਿ ਲੇਟ ਹੋ ਗਏ ਸੀ ਫੰਕਸ਼ਨ ਤੋਂ, ਫਰੀ ਹੋਏ ਸਵੇਰੇ ਫੰਕਸ਼ਨ 'ਤੇ ਅਸੀਂ, ਕਿਉਂਕਿ ਕੱਲ੍ਹ ਹੀ ਅਜੇ 19 ਤੋਂ ਆਏ ਸੀ ਤਾਂ ਪਿਛਲਾ ਬਲੌਗ ਬਣਾਇਆ ਨਾ, ਅਜੇ ਕੱਲ੍ਹ ਹੀ 19 ਤੋਂ ਆਏ, ਰਾਤ ਪਹੁੰਚੇ ਫਿਰ ਸਵੇਰੇ ਤੜਕੇ ਫਿਰ 5 ਵਜੇ ਸ਼ੂਟ 'ਤੇ ਨਿਕਲ ਗਏ ਅੰਮ੍ਰਿਤਸਰ ਅਤੇ ਫਿਰ ਹੁਣ ਫਰੀ ਹੋਏ ਸ਼ਾਮ ਨੂੰ 8 ਵਜੇ ਰਾਤ ਦੇ, ਅਤੇ ਘਰ ਤਿਆਰੀ ਤਿਉਰੀ ਕੀਤੀ, ਫਰੈਸ਼ ਫਰੁਸ਼ ਹੋਏ ਫਿਰ ਨਿਕਲ ਗਏ ਹੁਣੇ ਇੱਧਰ। ਹੁਣ ਜਾ ਰਹੇ ਆਪਾਂ ਰਿਸ਼ੀਕੇਸ਼ ਅੱਜ ਹਰਿਦੁਆਰ, ਅਤੇ ਤੁਹਾਨੂੰ ਉੱਥੇ ਅੱਜ ਲੋਕੇਸ਼ਨ ਘੁਮਾਵਾਂਗੇ ਕਿ ਰਿਸ਼ੀਕੇਸ਼ ਤੁਸੀਂ ਕਿੱਥੇ ਸ਼ੂਟ ਕਰ ਸਕਦੇ ਹੋ ਵਧੀਆ ਵਧੀਆ ਲੋਕੇਸ਼ਨ, ਅਤੇ ਬਾਕੀ ਮਿਲਦੇ ਹਾਂ ਤੁਹਾਨੂੰ ਰਾਹ 'ਚ ਜੀ। ਦੇਖੋ ਜੀ ਆਹ ਦੇਖੋ ਲੈਟ ਲੈਣ, ਕਹਿੰਦੇ ਆ ਨਾ ਕੈਮਰੇ ਵਾਲੇ ਦਾ ਸਫ਼ਰ ਕਿੰਨਾ ਔਖਾ ਹੁੰਦਾ ਜੀ, ਐਵੇਂ ਨਹੀਂ ਕੈ ਚੈਨਲ ਦਾ ਨਾਂ ਰੱਖਿਆ ਕੈਮਰੇ ਵਾਲੇ ਦਾ ਸਫ਼ਰ, ਕਿਉਂਕਿ ਕੈਮਰੇ ਵਾਲਾ ਹਮੇਸ਼ਾ ਸਫ਼ਰ 'ਚ ਹੀ ਰਹਿੰਦਾ ਵਾ, ਅਤੇ ਫਿਰ ਵੀ ਉਹਨੂੰ ਰੈਸਟ ਕਰਨ ਦਾ ਟਾਈਮ ਨਹੀਂ ਮਿਲਦਾ, ਜਾ ਕੇ ਫਿਰ ਹੁਣ ਸਾਨੂੰ ਸਾਰੀ ਰਾਤ ਲੱਗ ਜਾਣੀ ਅਤੇ ਸਵੇਰੇ ਫਿਰ ਸ਼ੂਟ ਕਰਨ ਲੱਗ ਜਾਣਾ ਅਸੀਂ। ਦੇਖੋ ਕਿੰਨਾ ਔਖਾ ਕੰਮ ਹੁੰਦਾ, ਕਹਿੰਦੇ ਆ ਨਾ ਨਜ਼ਾਰੇ ਨਜ਼ਾਰੇ ਨਜ਼ਾਰੇ, ਦੇਖ ਲਓ ਨਜ਼ਾਰੇ ਕੈਮਰੇ ਵਾਲੇ। ਆਹ ਦੇਖੋ ਦਿੱਲੀ ਚੰਡੀਗੜ੍ਹ, ਬਹੁਤ ਔਖਾ ਕੰਮ ਜੀ, ਕੈਮਰੇ ਵਾਲਾ ਸੌਖਾ ਕੰਮ ਨਹੀਂ ਹੈਗਾ। ਰੋਟੀ ਵੀ ਬਹੁਤ ਲੇਟ ਮਿਲਦੀ ਆ, ਵਿਆਹ ਵਾਲੇ ਮੁੰਡੇ ਕੁੜੀ ਦੇ ਨਾਲ ਹੀ ਖਾਈਦਾ ਜਦੋਂ ਉਹ ਖਾਂਦੇ ਆ, ਫਿਰ ਵੀ ਲੋਕ ਜਿਹੜੇ ਫੋਟੋਗ੍ਰਾਫਰ ਦੀ ਇੱਜ਼ਤ ਬਹੁਤ ਘੱਟ ਕਰਦੇ, ਪੁਰਾਣੇ ਟਾਈਮ 'ਚ ਫੋਟੋਗ੍ਰਾਫਰ ਦੀ ਇੱਜ਼ਤ ਬਹੁਤ ਸੀ, ਅੱਜ ਕੱਲ੍ਹ ਕਦਰ ਘੱਟਦੀ ਜਾ ਰਹੀ ਆ ਕਈ ਫੋਟੋਗ੍ਰਾਫਰਾਂ ਕਰਕੇ, ਜਿਹੜੇ ਚੰਗੇ ਫੋਟੋਗ੍ਰਾਫਰ ਉਹਨਾਂ ਦਾ ਰੇਟ ਖਰਾਬ ਕਰ ਰਹੇ ਨੇ, ਇੱਕ ਪ੍ਰੋਫੈਸ਼ਨ ਫੋਟੋਗ੍ਰਾਫਰ ਦਾ। ਆਪਾਂ ਚਾਹ ਪੀ ਕੇ ਤੁਰੇ ਹਾਂ ਅਤੇ ਮੈਂ ਥੱਕਿਆ ਸੀ, ਹੁਣ ਸੁਰਿੰਦਰ ਗੱਡੀ ਚਲਾਉਂਦਾ, ਧੁੰਦ ਤਾਂ ਇੰਨੀ ਕੁ ਪਈ ਹੈ ਜੀ, ਅਤੇ ਹਜੇ ਅਕਤੂਬਰ ਮਹੀਨਾ ਨਵੰਬਰ ਮਹੀਨਾ ਹਜੇ ਆਉਣਾ ਹੈ, ਅਤੇ ਧੁੰਦ ਹੋਣੀ ਬੜੀ ਆ, ਵਿੱਚ ਵਿੱਚ ਫਿਰ ਸਾਫ਼ ਹੁੰਦੀ ਫਿਰ ਧੁੰਦ ਆ ਜਾਂਦੀ, ਅਤੇ ਹਜੇ ਨਹੀਂ ਧੁੰਦ ਆ, ਪੱਗ ਵਾਲੀ ਸਰਦੀਆਂ 'ਚ ਕੀ ਬਣੂਗਾ ਜਦੋਂ ਦਿੱਲੀ ਜਾਣਾ। ਆਪਣਾ ਸਫ਼ਰ 100 ਕਿਲੋਮੀਟਰ ਰਹਿੰਦਾ ਹੈ, ਅਤੇ 100 ਕਿਲੋਮੀਟਰ ਰਹਿ ਗਿਆ ਜੀ ਹਰਿਦੁਆਰ ਦੇਹਰਾਦੂਨ, ਉਸ ਤੋਂ ਫਿਰ ਅੱਗੇ ਥੋੜ੍ਹਾ ਦੂਰ ਹੀ ਆ ਜੀ ਹਰਿਦੁਆਰ, ਧੁੰਦ ਵੇਖੋ ਫਿਰ ਆ ਗਈ ਜੀ। ਆਹ ਦੇਖੋ ਦੇਖ ਲਓ ਪੂਰੀ ਰਾਤ ਹੋ ਗਈ ਸਫ਼ਰ ਕਰਦੇ ਤੇ ਸੁੱਤੇ ਨਹੀਂ ਅਸੀਂ, ਟੋਲ ਪਲਾਜ਼ਾ ਬਹੁਤ ਆ ਰਹੇ ਹਾਂ ਇਸ ਰੋਡ 'ਤੇ ਵੀ, ਆ ਜੋ ਅੰਬਾਲਾ ਸੇ ਟਰਨ ਆਇਆ ਨਹੀਂ, ਗੇਟ ਬੜਾ ਸੋਹਣਾ ਬਣਾਇਆ ਅੰਬਾਲੇ ਦਾ ਜਿਹੜਾ ਐਂਟੀ ਗੇਟ, ਅਤੇ ਮਤਲਬ ਇੱਥੇ ਆਸ ਰੋਡ 'ਤੇ ਟੋਲ ਬਹੁਤ ਨੇ, ਆ ਫਿਰ ਮਿੰਟ ਮਿੰਟ ਬਾਅਦ ਟੋਲ ਆ ਜਾਂਦਾ ਅਤੇ ਮਹਿੰਗੇ ਵੀ ਬੜੇ ਟੋਲ। ਆਹ ਦੇਖੋ ਜੀ ਕਿਤੇ ਚਾਰ ਟੋਲ 'ਤੇ ਪਨੰਘੇ ਆ ਅੰਮ੍ਰਿਤਸਰ ਤੋਂ, ਇਹ ਆ ਜੀ ਯੂਪੀ ਪਹੁੰਚੇ ਆ, ਹਜੇ ਯੂਪੀ ਚੱਲ ਰਿਹਾ ਅੰਬਾਲੇ ਤੋਂ ਟਰਨ ਹੋ ਗਏ, ਸਵੇਰ ਚੜ੍ਹ ਚੁੱਕੀ ਆ, ਦੇਹਰਾਦੂਨ ਦੀਆਂ ਪਹਾੜੀਆਂ 'ਤੇ ਆਪਾਂ ਆ ਚੁੱਕੇ ਹਾਂ ਜੀ, ਅਤੇ ਹਾਂ ਇੱਕ ਪਿੱਛੋਂ ਹਰਿਦੁਆਰ ਨੂੰ ਟਰਨ ਕਰ ਦਿੱਤਾ ਰੁੜਕੀ ਥਣੀ ਰਸਤਾ, ਬਟ ਅਸੀਂ ਸਿੱਧਾ ਪੈ ਗਏ। ਦੇਖੋ ਧੁੰਦ ਕਿੰਨੀ ਪਈ ਬਾਹਰ, ਇੰਨੀ ਧੁੰਦ ਮਿਲੀ ਨਾ ਰਾਹ 'ਚ, ਬੜਾ ਡਰਾਈਵਿੰਗ ਬਹੁਤ ਕੀ ਕੀਤੀ ਪੂਰੀ ਰਾਤ ਜਾ ਕੇ। ਲਓ ਜੀ ਦੇਹਰਾਦੂਨ ਜਾਂਦੇ ਨੂੰ ਦੇਵ ਭੂਮੀ ਉੱਤਰਾਖੰਡ ਆਗਮਨ ਪਰ ਸਹਾਦਿਕ ਸਵਾਗਤ ਹੈ, ਗੁਫਾ ਆ ਗਈ ਜੀ, ਗੁਫਾ 'ਚ ਬਣਨ ਲੱਗ ਗਏ ਆਪਾਂ, ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਹੋ ਗਈ ਸੁਰੰਗ ਆਉਣ ਵਾਲੀ। ਚਲੋ ਜਾਂਦੇ ਹਾਂ ਦੇਖਦੇ ਹਾਂ, ਛੋਟੀ ਲੱਗ ਰਹੀ ਮੈਨੂੰ ਤਾਂ, ਖੁੱਲ੍ਹ ਵੀ ਗਈ ਆ ਓ ਜਿਹੜੀ ਆਪਾਂ ਤੁਹਾਨੂੰ ਸੁਰੰਗ ਪਹਿਲਾਂ ਵਿਖਾਈ ਸੀ, ਆਪਾਂ ਇੱਕ ਵਾਰੀ ਆਏ ਸੀ ਆਪਾਂ ਜੰਮੂ ਕਸ਼ਮੀਰ ਤੋਂ ਜਵਾਰੀ ਸੀ, ਉਦੋਂ ਵੀ ਬਹੁਤ ਲੰਬੀ ਸੀ ਗਰਾਊਂਡ, ਹੁਣ ਤਾਂ ਅੱਜ ਛੋਟੀ ਜਿਹੀ ਹੈ ਜੀ ਸੁਰੰਗ ਜੀ, ਬੜੇ ਸੜਕ ਦੇਖ ਲਓ ਕਿੱਦਾਂ। ਆ ਜੀ ਆ ਗਿਆ ਹੁਣ, ਆ ਦੇਖੋ ਅੰਤਰਰਾਸ਼ਟਰੀ ਹਵਾ ਸਟੈਂਡ ਘੰਟਾਘਰ। ਅੱਛਾ ਵਧੀਆ ਰੋਡ ਆ ਗਿਆ ਜੀ,
ਦੇ ਦੇ ਦੇਹਰਾਦੂਨ ਨੂੰ ਵੀ ਦੇਵ ਭੂਮੀ ਵੀ ਬੋਲਦੇ ਨੇ, ਹਿਮਾਚਲ ਵੀ ਦੇਵ ਭੂਮੀ ਨੇ, ਅਤੇ ਜਿੰਨੇ ਵੀ ਦੇਵੀ ਦੇਵਤਾ ਜ਼ਿਆਦਾ ਪਹਾੜਾਂ 'ਚ ਹੀ ਵਸੇ ਨੇ ਸਾਰੇ। ਲਓ ਜੀ ਆਪਾਂ ਪੈ ਗਏ ਰਿਸ਼ੀਕੇਸ਼ ਰੋਡ 'ਤੇ, ਅਤੇ ਸਵੇਰ ਪੂਰੀ ਸੂਰਜ ਚੜ੍ਹ ਚੁੱਕਾ ਵਾ, ਅਭੀ ਹਜੇ ਤੱਕ ਡਰਾਈਵ ਹੀ ਕਰਨ ਦੇ ਹਾਂ ਜੀ। ਆਹ ਦੇਖੋ ਸਾਹਮਣੇ ਗੰਗੋਤਰੀ, ਯਮਨੋਤਰੀ, ਬਦਰੀਨਾਥ, ਕੇਦਾਰਨਾਥ, ਰਿਸ਼ੀਕੇਸ਼ ਸ਼ਹਿਰ 'ਚ ਐਂਟਰੀ ਕਰ ਰਹੇ ਹਾਂ ਜੀ। ਲਓ ਜੀ ਰਿਸ਼ੀਕੇਸ਼ ਸ਼ਹਿਰ 'ਚ ਆਪਾਂ ਐਂਟਰੀ ਕਰਨ, ਲਕਸ਼ਮਣ ਝੂਲਾ ਵੀ ਇੱਧਰ ਹੈ ਜੀ। ਲਓ ਜੀ ਆਪਾਂ ਆ ਚੁੱਕੇ ਜੀ ਰਾਮ ਝੂਲਾ ਮਾਰਗ, ਆ ਚੱਲ ਗਏ ਜੀ ਅੱਗੇ ਸ਼ਿਵਪੁਰੀ ਨੂੰ ਜਿੱਥੇ ਲੋਕੇਸ਼ਨ ਆ ਜੀ, ਸ਼ੂਟ ਉੱਥੇ ਕਰਾਂਗੇ ਜਾ ਕੇ। ਆ ਆਪਣਾ ਰਿਸ਼ੀਕੇਸ਼ ਜਾ ਦੇਖੋ ਝੂਲਾ, ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਥੱਲੇ ਪੌੜੀਆਂ। ਰਾਮ ਝੂਲਾ, ਲਛਮੀ ਝੂਲਾ ਨਾਲ ਹੀ ਆ ਜੀ ਦੋਨੇ, ਅਤੇ ਇੱਕ ਹੋਰ ਝੂਲਾ ਜੀ ਜਾਨਕੀ ਝੂਲਾ, ਇੱਕ ਹੋਰ ਉਹ ਦੂਸਰੀ ਸਾਈਡ ਆ, ਨਾਲ ਹੀ ਆ ਸਾਰੀ ਲਗਾਤਾਰ। ਅੱਜ ਤੁਹਾਨੂੰ ਪਹਿਲਾਂ ਰਾਮ ਝੂਲਾ ਵਿਖਾਉਂਦੇ ਹਾਂ ਜੀ। ਲਛਮ ਮੈਂ ਪਿਛਲੇ ਸਾਲ ਆਇਆ ਸੀ, ਉਦੋਂ ਲਛਮਣ ਝੂਲਾ ਸੀ ਗਏ ਸੀ ਨਾਲ ਹੀ, ਕਾਫੀ ਮਜ਼ਾ ਆਉਂਦਾ ਉੱਥੇ ਜਦੋਂ ਝੂਲਾ ਹਿਲਦਾ ਜੀ। ਦਰਸ਼ਨ ਕਰਾਵਾਂਗੇ ਤੁਹਾਨੂੰ ਕੁਦਰਤ ਦੇ ਨਜ਼ਾਰੇ, ਕਿੰਨਾ ਸੋਹਣਾ ਦ੍ਰਿਸ਼ ਦੇਖੋ। ਆਹ ਗੰਗਾ ਨਦੀ ਜਾ ਰਹੀ ਹੈ ਜੀ ਰਿਸ਼ੀਕੇਸ਼ ਤੋਂ, ਅਤੇ ਅੱਗੇ ਹਰਿਦੁਆਰ ਜਾ ਕੇ ਹੀ ਮਿਲ ਜਾਂਦੀ ਨਦੀ, ਅਤੇ ਇੱਥੇ ਹਜੇ ਘੱਟ ਚੌੜੀ ਆ, ਉੱਥੇ ਜਾ ਕੇ ਬਹੁਤ ਵੱਡੀ ਹੋ ਜਾਂਦੀ ਜੀ। ਆਪਣਾ ਹਰਿਦੁਆਰ ਜਾ ਕੇ ਦੋ ਨਦੀਆਂ ਹੀ ਕਨਵਰਟ ਹੋ ਜਾਂਦੀ ਬਹੁਤ ਵੱਡੀ ਜਾ ਕੇ। ਆਹ ਜੀ ਇੱਥੇ ਸਾਹਮਣੇ ਦੇਖ ਰਿਹਾ ਝੂਲਾ, ਦੇਖੋ ਕਿੰਨਾ ਵੱਡਾ ਝੂਲਾ, ਜੈ ਸ਼੍ਰੀ ਰਾਮ। ਰਾਮ ਝੂਲਾ ਜੀ, ਆਹ ਜੀ ਲਕਸ਼ਮਣ ਝੂਲਾ, ਅੱਗੇ ਦੇਖ ਰਿਹਾ ਦੂਜਾ, ਉਹ ਦੇਖੋ ਉਹ ਲਛਮਣ ਝੂਲਾ ਜੀ, ਅਤੇ ਬੜਾ ਮਜ਼ਾ ਆਉਂਦਾ ਇਸ ਝੂਲੇ 'ਤੇ। ਜੈ ਸ਼੍ਰੀ ਰਾਮ ਬੋਲ ਦਿਓ ਸਾਰੇ ਜਣੇ, ਸੁਰਿੰਦਰ ਜੀ ਨਾਲ ਨੇ ਅੱਜ, ਅਤੇ ਆਹ ਦੇਖੋ ਇੱਕ ਹਰਦੀਪ। ਗੰਗਾ ਨਦੀ ਇਸ਼ਨਾਨ ਕਰੋ, ਪਾਪ ਧੋਵੋ, ਪਾਪ ਸਾਡੇ ਕਿੱਥੇ ਧੋ, ਅਤੇ ਆਪਾਂ ਹੱਥ ਮੂੰਹ ਧੋਈਏ, ਜਿਹੜੇ ਰਾਤ 'ਤੇ ਸੁੱਤੇ ਹਾਂ ਨੀਂਦ ਪੂਰੀ ਉਹ ਤਾਂ ਪੂਰੀ ਹੋ ਜੂਗੀ, ਨੀਂਦ ਸੁਸਤੀ ਉਤਰੂਗੀ ਗੰਗਾ 'ਤੇ ਨਹਾ ਕੇ। ਦੇਖੋ ਅਸੀਂ ਰਾਤ 'ਤੇ ਪੂਰੀ ਡਰਾਈਵ ਕਰ ਰਹੇ ਹਾਂ, ਕੱਲ੍ਹ ਸੁੱਤੇ ਨਹੀਂ ਆ, ਪੂਰੀ ਰਾਤ ਡਰਾਈਵ ਕਰਕੇ ਹੁਣ ਪੁੱਜੇ 450 ਕਿਲੋਮੀਟਰ। ਛੂਟ ਚੱਲ ਰਿਹਾ ਫੋਨ ਨਾਲ ਹੀ, ਛੂਟ ਚੱਲ ਰਿਹਾ ਦੇਖੋ, ਰੀਲਸ ਚੱਲ ਰਹੀਆਂ ਮੈਂ ਅੱਜ ਕੱਲ੍ਹ, ਰੀਲ ਦਾ ਵੀ ਜ਼ਮਾਨਾ ਹੈ, ਮੋਬਾਈਲ ਤੋਂ ਪੂਰੀ ਐਕਟਿੰਗ ਕਰ ਰਿਹਾ ਕਪਲ ਸਾਹਮਣੇ। ਪਿੱਛੇ ਪਈ ਵਾਰੀ ਰੀਲਸ ਬਣਦੀਆਂ ਪੂਰੀਆਂ, ਕਿੰਨੀ ਵਧੀਆ ਚੱਲ ਰਿਹਾ ਕੰਮ, ਆਪਾਂ ਪੂਰੇ ਥੱਕੇ ਪਏ ਹਾਂ, ਅੱਖਾਂ 'ਚ ਨੀਂਦ ਆ ਪੂਰੀ, ਉਹੀ ਮਾਤੋ ਜੀ ਪੀ ਨੀਂਦ ਆ, ਚਲ ਆ ਜਾਓ ਘੁੰਮ ਕੇ ਆਉਂਦੇ ਸਿੱਧਾ ਨੂੰ ਆਰਾਮ ਚਲਾ ਘੁੰਮ ਲੈ ਜਾਓ। ਤੀਰਥ ਨਗਰੀ ਰਿਸ਼ੀਕੇਸ਼ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਹੈ। ਲਓ ਜੀ ਪਹੁੰਚ ਗਏ ਹਾਂ ਜੀ ਰਾਮ ਝੂਲਾ, ਜੈ ਸ਼੍ਰੀ ਰਾਮ। ਲਓ ਜੀ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਜੀ ਰਾਮ ਝੂਲੇ ਦੇ, ਦੇਖੋ ਕਿੰਨਾ ਜਦੋਂ ਚੱਲਦੇ ਪਏ ਨਾ ਹਲਕਾ ਹਲਕਾ ਹਿੱਲ ਰਿਹਾ, ਦੇਖੋ ਉਹ ਹਿੱਲਦੇ, ਇਹ ਲੁੱਕ ਪਾਈ ਉੱਪਰ ਆ ਨਾ ਇਹਦੀ, ਉਹ ਦੇਖੋ ਉਹ ਕਿਹੜਾ ਝੂਲਾ, ਲਛਮਣ ਝੂਲਾ, ਉਹ ਹਰਦੀਪ ਹੈ ਨਾ, ਦੇਖੋ ਜੀ ਸੌਂਦਾ ਤੇ ਨੀਂਦ ਤੇ ਹੁੰਦੀ ਨਹੀਂ ਨਾ ਫੋਟੋਗ੍ਰਾਫਰਾਂ ਨੂੰ, ਪੂਰੀ ਰਾਤ ਡਰਾਈਵ ਕਰਕੇ ਫਿਰ ਵੀ ਐਕਟਿਵ ਨੇ, ਸੁਰਿੰਦਰ ਨੂੰ ਡਰਾਉਂਦਾ ਸੀ ਡਰਾਈਵ ਕਰਨ ਨੂੰ, ਪਰ ਰਾਤ ਇੱਕ ਧੁੰਦ 'ਚ ਚੱਲ ਨਹੀਂ ਰਹੀ ਸੀ ਗੱਡੀ, ਪੂਰਾ ਥੋੜ੍ਹੀ ਚਲਾਈ ਡਰ ਗਿਆ, ਫਿਰ ਮੈਂ ਚਲਾਈ ਪੂਰੀ ਰਾਤ ਗੱਡੀ, ਇਸ ਲਈ ਸੁਰਿੰਦਰ ਤੇ 500 ਰੁਪਇਆ ਕੱਟਿਆ ਜਾਵੇਗਾ। ਇਹ ਹਿੱਲ ਹਿੱਲ ਸੁਰਿੰਦਰ 'ਚ ਇੱਥੇ ਕਹਿੰਦੇ ਗੰਗਾ ਨਦੀ 'ਚ ਨਹਾਓ ਤੁਹਾਡੇ ਪਾਪ ਦੂਰ ਹੋ ਜਾਂਦੇ, ਅੱਜ ਮੈਂ ਨਹਾ ਕੇ ਇੱਥੇ ਆਪਣੇ ਪਾਪ ਦੂਰ ਕਰਨੇ ਨੇ ਪੂਰੇ ਘਰ ਤੇ, ਆਪਣਾ ਇਸ਼ਨਾਨ ਮਾੜਾ ਮੋਟਾ ਹੱਥ ਪੰਜ ਇਸ਼ਨਾਨ ਕਰਕੇ ਕਹਿੰਦੇ ਆਪਣੇ ਜਿਹੜੇ ਪਾਪ ਧੁੱਲਣੇ ਜਿਹਨੇ ਪਾਪ ਕੀਤੇ ਧੁੱਲ ਜਾਂਦੇ ਇੱਥੇ, ਬਹੁਤ
ਸਪੋਰਟ ਹੁੰਦੀ ਆ ਚੱਲਦੀ ਇੱਥੇ ਬਾਣੇ ਦੀ ਸਮਾਲ ਤੇ ਨਹੀਂ ਗਾਈ ਆ ਜੀ ਬੋਰਡਿੰਗ ਵੀ ਜਾਂਦੀ ਇੱਥੇ ਤੇ ਰਿਸ਼ੀਕੇਸ਼ ਨੂੰ ਸਾਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਪਤਾ ਨਹੀਂ ਕਿਉਂ ਜਾਣਿਆ ਕਿਸੇ ਨੂੰ ਪੁੱਛਣਾ ਹੀ ਪੈਣਾ ਹੈ ਦੇਖੋ ਉਹ ਸਾਹਮਣੇ ਰੇਤਾ ਦੇ ਸ਼ੂਟ ਚੱਲ ਰਹੇ ਹਨ ਬਹੁਤ ਹਵਾ ਚੱਲ ਰਹੀ ਹੈ ਇੰਨੀ ਹਵਾ ਚੱਲ ਰਹੀ ਮੇਰੇ ਮੋਬਾਈਲ ਹੱਥ ਮੋਬਾਈਲ ਹਿੱਲ ਰਿਹਾ ਜੀ ਬਹੁਤ ਤੇਜ਼ ਹਵਾ ਭੇਡਾਂ ਦਾ ਕਾਲ ਇੰਦੀ ਜਸਵਾਲ ਮੈਂ ਲਓ ਜੀ ਤੀਰਥ ਯਾਤਰਾ ਦੇ ਇੰਦੀ ਜਸਵਾਲ ਮੋਦੀ ਦੀ ਬਹੁਤ ਐਂਡ ਕਰਾਉਂਦਾ ਜੀ ਬਹੁਤ ਹਵਾ ਚੱਲ ਰਹੀ ਸੀ ਤੁਹਾਨੂੰ ਘਰ 'ਤੇ ਲੈ ਕੇ ਚੱਲਦੇ ਹਾਂ ਜੀ ਅਤੇ ਇੱਥੇ ਕਹਿੰਦੇ ਨਹਾਉਣ ਨਾਲ ਜਾਂ ਸਾਡੇ ਵਰਗਿਆਂ ਨੇ ਪੰਜ ਇਸ਼ਨਾਨੀ ਕਰਨਾ ਅਤੇ ਤੁਸੀਂ ਮੈਂ ਤਾਂ ਇਸ ਨਦੀ ਨਹਾਉਣ ਨਾਲ ਤੁਹਾਡੇ ਦੁੱਖ ਦੂਰ ਪਾਪ ਸਭ ਮਿਟ ਜਾਂਦੇ ਨੇ ਜੀ ਆ ਸਾਹਮਣੇ ਮੰਦਰ ਵੀ ਬਣਿਆ ਹੈ ਆਹ ਘਾਟ ਆ ਗਿਆ ਆਪਣਾ ਜੀ ਐਂਟਰੀ ਕਿਦਾ ਆਹ ਐਂਟਰੀ ਆ ਦੇਖੋ ਜੀ ਮੰਦਰ ਰਿਸ਼ੀਕੇਸ਼ ਇੱਕ ਮਿੰਟ ਲੱਗਦੇ ਤੁਸੀਂ ਮੰਦਰ ਦੇਖ ਮੰਦਰ ਬੜਾ ਸੋਹਣਾ ਬਣਾਇਆ ਜੀ ਆ ਜਾਓ ਘਰ ਚਲੀਏ ਆਪਾਂ ਆ ਜਾਓ ਆ ਜਾਓ ਆਪਾਂ ਨਹਾ ਕੇ ਪਹਿਲਾਂ ਆਪਣੇ ਪਾਪ ਧੋ ਲਈਏ ਜੋ ਅੱਜ ਤੱਕ ਕਿਤੇ ਨੇ ਪਾਪ ਕੀਤੇ ਨੇ ਪਾਪ ਇੰਨੇ ਕੀਤੇ ਜਾਂਦੇ ਤੇ ਇੱਧਰ ਬੰਦ ਕੀਤਾ ਇੱਧਰ ਬੰਦ ਕੀਤਾ ਕੀ ਇਹਦਾ ਪਾਣੀ ਠੰਡਾ ਹੈ ਦੁੱਖ ਤੋੜ ਲਈ ਅਸੀਂ ਗਿਆ ਸੀ ਸਹੀ ਹੋ ਜਾਏ ਆਹ ਦੇਖੋ ਵਿਊ ਦੇਖੋ ਕਿੰਨਾ ਸੋਹਣਾ ਸੋਹਣਾ ਬਣ ਰਿਹਾ ਜੀ ਪੂਜਾ ਪਾਠ ਚੱਲ ਰਹੀ ਹੈ ਆਪਾਂ ਪੰਜ ਇਸ਼ਨਾਨੀ ਗੱਲ ਹੈ ਜੀ ਹੁਣ ਅਸੀਂ ਜਾ ਰਹੇ ਹਾਂ ਹੋਟਲ 'ਚ ਹੋਟਲ ਵੀ ਲੱਭਣਾ ਪੂਰੇ 12 ਘੰਟੇ ਲੱਗ ਗਏ ਸਾਨੂੰ ਰਿਸ਼ੀਕੇਸ਼ ਅਤੇ ਪੂਰੀ ਆਵਾਜ਼ ਠੰਡ ਲੱਗ ਰਹੀ ਹੈ ਜੀ ਪੂਜਾ ਪਾਠ ਉੱਤਰਾਖੰਡ ਦੇਵਤਾ ਦੀ ਧਰਤੀ ਦੇਵੀ ਦੇਵਤਿਆਂ ਦੀ ਧਰਤੀ ਬਹੁਤ ਦੇਵੀ ਦੇਵਤੇ ਨੇ ਇੱਥੇ ਉੱਤਰ ਨੇ ਆਪਣੇ ਕਿੰਨੇ ਧਾਰਮਿਕ ਸਥਾਨ ਇੱਥੇ ਹਰਿਦੁਆਰ ਰਿਸ਼ੀਕੇਸ਼ ਰਾਮ ਝੂਲਾ ਲਕਸ਼ਮਣ ਝੂਲਾ ਫਿਰ ਇਸੇ ਇੱਥੋਂ ਅੱਗੇ ਕੇਦਾਰਨਾਥ ਬਦਰੀਨਾਥ ਗੰਗੋਤਰੀ ਹੇਮਕੁੰਟ ਸਾਹਿਬ ਅਤੇ ਕਾਫੀ ਦੇਵੀ ਦੇਵਤਿਆਂ ਦੀ ਧਰਤੀ ਹੈ ਜੀ ਉੱਤਰਾਖੰਡ ਦੇਖੋ ਇੱਥੇ ਇੱਕ ਉਹ ਪ੍ਰੋਬਲਮ ਆ ਇੱਥੇ ਸੈਚਰਡੇ ਸੰਡੇ ਰਸ਼ ਬਹੁਤ ਹੋ ਜਾਂਦਾ ਅਤੇ ਅੱਜ ਸੈਚਰਡੇ ਆ ਇਸ ਕਰਕੇ ਰਸ਼ ਬਹੁਤ ਹੈ ਜੀ ਗੱਡੀਆਂ ਦੀ ਇੰਨੀ ਕੁ ਲੰਬੀ ਲਾਈਨ ਲੱਗ ਜਾਂਦੀ ਕਈ ਵਾਰ ਤਾਂ 4-4 ਘੰਟੇ ਦਾ ਟ੍ਰੈਫਿਕ ਜਾਮ ਹੋ ਜਾਂਦਾ ਅੱਜ ਸਵੇਰ ਦੇ 9 ਵਜੇ ਰਸ਼ ਦੇਖੋ ਕਿੰਨਾ ਹੋ ਗਿਆ ਦੇਖੋ ਪੂਰਾ ਵਿਊ ਰਾਫਟਿੰਗ ਵਗੈਰਾ ਕਰ ਸਕਦੇ ਤੁਸੀਂ ਅੱਜ ਬੁਕਿੰਗ ਟਰੈਕਿੰਗ ਕੈਂਪਿੰਗ ਆਹੋ ਆ ਦੇਖੋ ਜੰਪਿੰਗ ਵੀ ਹੁੰਦੀ ਇੱਥੇ ਬੁਕਿੰਗ ਕਰ ਸਕਦੇ
ਅਤੇ ਤੁਸੀਂ ਕੱਪੜੇ ਵਗੈਰਾ ਟੀ ਸ਼ਰਟਸ ਮਹਾਕਾਲ ਆ ਲਵਰ ਕਿੰਨੇ ਵਧੀਆ ਜੀ ਰਾਫਟਿੰਗ ਦਾ ਕੰਮ ਜ਼ਿਆਦਾ ਇੱਥੇ ਸਭ ਤੋਂ ਨਾਲ ਚਾਏ 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 ਕੁਲਚੇ ਛੋਲੇ ਬੰਦ ਛੋਲੇ ਭਟੂਰੇ ਛੋਲੇ ਆ ਲੱਗੇ ਭੁੱਖ ਬਹੁਤ ਲੱਗੀ ਨਾਸ਼ਤਾ ਕਰਨੇ ਕਿਉਂਕਿ ਅਭੀ ਅਸੀਂ ਦੁਕਾਨਾਂ ਨਹੀਂ ਖੁੱਲੀਆਂ ਪਰੌਂਠੇ ਵਾਲੀਆਂ ਅਤੇ ਆਪਾਂ ਜਾ ਰਹੇ ਸ਼ਿਵਪੁਰੀ ਬਹੁਤ ਟ੍ਰੈਫਿਕ ਹੁੰਦੀ ਇੱਥੇ ਜੀ ਦੇਖੋ ਇਹ ਟਾਈਮ ਕੁਛ ਨਹੀਂ 10 ਵਜੇ ਟ੍ਰੈਫਿਕ ਬਹੁਤ ਆ ਜੀ ਅਤੇ ਅਸੀਂ ਸਾਹ ਤਾਂ ਸੁੱਤੇ ਵੀ ਨਹੀਂ ਹੈ ਅਤੇ ਥੱਕ ਕੇ ਪੂਰਾ ਹੋਟਲ ਲੱਭਣਾ ਹੈ ਜੀ ਜਾ ਕੇ ਕਪਲ ਪਿੱਛੇ ਹੀ ਆ ਰਹੀ ਹੈ ਸ਼ਿਵਪੁਰੀ ਜਾ ਕੇ ਤੁਹਾਨੂੰ ਹਾਂ ਹੋਟਲ ਉਹਦੇ ਲੱਗਦੀ ਲਾਗੇ ਲੱਭਦੇ ਹਾਂ ਜੀ ਜੇ ਆਪਾਂ ਨੂੰ ਟੈਂਟ ਮਿਲ ਗਿਆ ਠੀਕ ਆ ਨਹੀਂ ਤਾਂ ਹੋਟਲ ਸਹੀ ਜੀ ਆਪਾਂ ਕੈਂਪ ਉੱਥੋਂ ਜੀ ਸ਼ਿਵਪੁਰੀ ਜ਼ਿਲ੍ਹੇ ਲਏ ਆ ਆਹ ਦੇਖੋ ਜੀ ਕਿੰਨਾ ਖਤਰਨਾਕ ਉਹ ਦੇਖੋ ਗੱਡੀ ਰੁੜ ਕੇ ਆਈ ਪਾਣੀ 'ਚ ਦੇਖੋ ਕਿੱਥੇ ਵੜੀ ਜੀ ਗੱਡੀ ਆਹ ਦੇਖੋ ਕਿੰਨਾ ਆਪਾਂ ਜਾ ਰਹੇ ਹਾਂ ਜੀ ਕੈਂਪ ਅੱਗੇ ਕਾਫੀ ਟਾਈਮ ਵੇਟ ਕਰਦੇ ਜੀ ਆਪੇ ਦੇਖੋ ਗਾੜੀਆਂ ਰੁੜ ਕੇ ਆਈ ਨਦੀ ਮੇ ਲੈ ਜੀ ਪੱਥਰ ਮੇ ਦਫਨ ਹੋ ਗਈ ਜੀ ਗਾੜੀਆਂ ਦੇਖੋ ਪਿੱਛੇ ਨਦੀ ਹੈ ਨਦੀ ਮੇ ਆ ਜਾਂਦੀ ਗਾੜੀਆਂ ਰੁੜ ਕੇ ਤੇ ਫਿਰ ਵਾਹ ਤਾਂ ਨਾ ਸੈਲਾਬ ਆਤਾ ਹੈ ਕੇਦਾਰਨਾਥ ਸ਼੍ਰੀ ਦਾ ਉਸ ਸਾਈਡ ਸੇ ਇਹ ਦੇਖੋ ਕੈਂਪ ਆ ਰਹੇ ਹੈ ਕਾਫੀ 1 ਕਿਲੋਮੀਟਰ ਹਮੇ ਚਲਤੇ ਹੋ ਗਏ ਯਾਂ ਜਾਂ ਫਿਰ ਹਾਈਵੇ ਸੇ 2 ਕਿਲੋਮੀਟਰ ਹੈ ਜੀ ਅਸੀਂ ਉੱਧਰ ਟੈਂਟ 'ਚ ਜੀ ਉੱਧਰ ਚੰਗੇ ਨਹੀਂ ਆਪਣੀ ਜਿਹੜੀ ਲੋਕੇਸ਼ਨ ਬੁੱਕ ਥੋੜ੍ਹੀ ਇੱਧਰ ਜਾ ਕੇ ਆ ਦੇਖੋ ਉੱਪਰ ਆ ਗਏ ਕਾਫੀ ਗੱਡੀ ਚੜਾ ਕੇ ਲੈਂਦੀ ਕੱਚੀ ਰੋਡ 'ਤੇ ਆ ਦੇਖੋ ਅਤੇ ਦੇਖੋ ਰਿਸਕੀ ਜੋਬ ਹੈ ਜੀ ਇਸ ਇਹ ਤੋਂ ਉੱਪਰ ਗੱਡੀ ਨਹੀਂ ਜਾਊਗੀ ਜੀ ਪ੍ਰਦੀਪ ਬਹੁਤ ਚੜ੍ਹਾਈ ਹੈ ਮਾਮਾ ਕੱਚਾ ਰੋਡ ਆਪਾਂ ਆ ਜਾਏ ਹਾਈਟ ਚੜ੍ਹ ਕੇ ਪਹਾੜੀ ਇਸ ਤੋਂ ਵੀ ਉੱਪਰ ਚੜ੍ਹ ਕੇ ਆ ਟੈਂਟ ਆ ਗਏ ਵਧੀਆ ਲੋਕੇਸ਼ਨ ਆ ਕੂਲਰ ਹੁਣ ਕਿੰਨੇ ਲਾਉਣੇ ਠੰਡ ਉੱਦਾਂ ਵੀ ਨਹੀਂ ਹੋਣੀ ਲਓ ਜੀ ਆਪਾਂ ਫਾਈਨਲ ਆਪਣੇ ਕੈਂਪਸ 'ਤੇ ਪਹੁੰਚ ਗਏ ਸਵਿਮਿੰਗ ਪੂਲ ਵੀ ਵਧੀਆ ਡਿਸਕੋ ਵੀ ਹੈਗਾ ਵਾਓ ਨਾਈਟ ਕਲੱਬ ਬਣੇਗਾ ਪੂਰਾ ਅੱਛਾ ਇਹ ਬੜੀਆ ਹੈ ਇਹ ਸਭ ਤੋਂ ਬੜੀਆ ਹੈ ਸਵਿਮਿੰਗ ਪੂਲ ਵੀ ਹੈ ਯਹਾਂ ਪੇ ਪਹਿਲਾਂ ਗਏ ਥੇ ਤੇ ਉੱਥੇ ਕੁਛ ਵੀ ਨਹੀਂ ਇਹ ਪਹਿਲਾਂ ਵੀ ਪਿਛਲੇ ਪਿਛਲੇ ਸਾਲ ਆਏ ਉਦੋਂ ਜਿਹੜੇ ਕੈਂਪ ਸੀ ਉਹ ਸਿੰਪਲ ਸੀ ਸਵਿਮਿੰਗ ਪੂਲ ਨਹੀਂ ਸੀ ਅਤੇ ਉਹ ਡੀਜੇ ਵਧੀਆ ਲਾਇਆ ਡਿਸਕੋ ਬੋਨ ਫਾਇਰ ਉੱਥੇ ਵਧੀਆ ਵੀ ਸੈਟਅਪ ਸਾਰਾ ਵਧੀਆ ਬਣਾਇਆ ਸੋਹਣਾ ਬਣਾਇਆ ਨਾਲੇ ਪੱਕੇ ਬਣਾਏ ਆ ਜਿਹੜੇ ਪ੍ਰੋਜੈਕਟ ਕੈਂਪਿੰਗ ਦਾ ਭਾਅ ਜੀ ਕੈਂਪਿੰਗ ਦਾ ਨਾਮ ਕੀ ਹੈ ਬਿਲਾ ਬੋਂਗ ਬਿਲਾ ਬੋਂਗ ਬਿਲਾ ਬੋਂਗ ਜੀ ਬਿਲਾ ਬੋਂਗ ਬਿੱਲਾ ਬੋਂਗ ਆਹ ਦੇਖੋ ਰੂਮ ਦੇਖੋ ਇੱਥੋਂ ਤੇ ਵੈਸ਼ਨੋ ਵਧੀਆ ਬਣਾਏ ਪੱਕੇ ਬਣਾਏ ਜੀ ਕੱਚਾ ਕੰਮ ਨਹੀਂ ਮੇਰੇ ਕੋਲ ਹਿੰਦੀ ਬੋਲੀ ਜਾਂਦੀ ਪਰ ਇਹ ਸਭ ਤੋਂ ਬੈਸਟ ਕੰਮ ਕਿਉਂਕਿ ਪਿਛਲੇ ਹਮ 2 ਸਾਲ ਮੈਂ ਆਤੇ ਰਹੇ ਜਿਹੜੇ ਇੱਕ ਇਹਦੇ ਨਦੀ ਕਿਨਾਰੇ ਕੈਂਪ ਸੀ ਪਰ ਇੱਥੇ ਇੰਨਾ ਖਾਸ ਨਹੀਂ ਕੁਛ ਜਿੱਦਾਂ ਕੂਲਰ ਵਗੈਰਾ ਲੱਗੇ ਪੱਕਾ ਕੰਮ ਹੋਇਆ ਨਾ ਅਤੇ ਅੰਦਰ ਬੈਡਰੂਮ ਵਧੀਆ ਲੱਗੇ ਆ ਵਾਸ਼ਰੂਮ ਵੀ ਪੱਕੇ ਆ ਉੱਥੇ ਕੱਚਾ ਕੰਮ ਸੀ ਥੋੜ੍ਹਾ ਇਹ ਕੈਂਪ ਬਹੁਤ ਸੋਹਣਾ ਬਣਿਆ ਆ ਪੱਕੇ ਟੀਨ ਦੇ ਦੇਖੋ ਬਾਰਿਸ਼ ਕੋਈ ਚੱਕਰ ਨਹੀਂ ਕੂਲਰ ਵੀ ਲੱਗੇ ਇੱਥੇ ਪਰ ਇੱਥੇ ਠੰਡ ਹੀ ਨਹੀਂ ਕੂਲਰ ਲਾਉਣ ਦੀ ਲੋੜ ਹੀ ਨਹੀਂ ਪੈਣੀ ਇਹ ਮੈਨੂੰ ਡੀਜੇ ਬਹੁਤ ਸੋਹਣਾ ਲੱਗਾ ਸੈਟ ਬਣਾਇਆ ਡੀਜੇ ਲਾਈਟਿੰਗ ਵਗੈਰਾ ਵਾਹ ਵਧੀਆ ਰਾਤ ਨੂੰ ਨਾਲੇ ਉਹ ਝੂਟਾ ਵਗੈਰਾ ਜੋ ਵੀ ਗੇਂਦ ਪੰਜਾਬੀ ਚ ਪੀਂਗਾ ਹਨਾ ਝੂਲਾ ਤੇ ਨਾਲੇ ਇੱਥੇ ਨਾ ਸਵਿਮਿੰਗ ਪੂਲ ਬੜੀ ਵਧੀਆ ਬਣਿਆ ਇੱਥੇ ਤੇ ਆਹ ਬਹੁਤ ਸੋਹਣਾ ਇੱਕ ਉਹ ਵੀ ਕੈਂਪਿੰਗ ਹੈਗੀ ਉੱਪਰ ਬੜੀ ਵਧੀਆ ਹੋ ਗਿਆ ਉਹ ਵੇਖੋ ਉਹਦੀ ਲੋਕੇਸ਼ਨ ਠੀਕ ਲੱਗੀ ਮੈਨੂੰ ਬਸ ਇਸ 'ਚ ਥੋੜ੍ਹਾ ਜਿਹਾ ਰੈਂਟ ਥੋੜ੍ਹਾ ਜਿਹਾ ਵੱਧ ਸੀ 200 ਰੁਪਇਆ ਜਿੱਦਾਂ 1200 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਲੱਗਾ ਵਿੱਚ ਲੰਚ ਡਿਨਰ ਬ੍ਰੇਕਫਾਸਟ ਦੇਖੋ ਆਹ ਸਵਿਮਿੰਗ ਪੂਲ ਬਾਈ ਜੀ ਸਾਫ਼ ਕਰ ਰਹੇ ਕਿੱਦਾਂ ਬਾਈ ਜੀ ਬਾਈ ਜੀ ਇੱਧਰ ਵੀ ਲੋਕੇਸ਼ਨ ਹੈਗੀ ਆ ਦੇਖੋ ਵੈਲੀ ਕੈਂਪ ਕਿਹੜਾ ਵਾ ਪੀਕੌਕ ਵੈਲੀ ਕੈਂਪ
ਆ ਘਰ ਹੈ ਨਾ ਤੁਹਾਨੂੰ ਕੋ ਨਹੀਂ ਇੱਧਰ ਗਾਰਡਨ ਇੱਧਰ ਵੀ ਕੈਂਪ ਆਵੇ ਗਾਰਡਨ ਆਉਂਦਾ ਪੀ ਕੋ ਉਹ 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 ਜਿਹੜਾ ਹੈ ਨਾ ਜਿੱਥੇ ਅਸੀਂ ਗਏ ਉਹ ਬੜਾ ਤੁਰ ਕੇ ਸੀ ਹੈ ਨਾ ਹਰਦੀਪ ਜਦੋਂ ਯੂਪੀ ਵਾਲਿਆਂ ਗਏ ਸ਼ੂਟ ਕਰਨ ਉਹ ਹਾਂ ਸ਼ਿਵਪੁਰੀ ਦੇ ਬਿਲਕੁਲ ਸਾਹਮਣੇ ਸੀ ਪੁੱਲ ਪਾਰ ਕਰਕੇ ਉੱਪਰ ਹਾਈਟ ਤੇ ਇੱਕ ਪਹਾੜੀ ਚੜ੍ਹਨੀ ਪੈਂਦੀ ਸੀ ਸਮਾਨ ਲੈ ਕੇ ਹਾਂ ਜੀ ਵੈਲੀ ਕੈਂਪ ਅਜੇ ਅੰਦਰ ਵੇਖੀਏ ਕਿੰਨੇ ਰੁਪਏ ਦਾ ਰੂਮ ਇੱਥੇ ਕੀ ਹਿਸਾਬ ਆ ਉਹਦਾ ਜਾ ਲਿਖਿਆ ਜੀ ਵੈਲਕਮ ਟੂ ਪੀਕੋ ਵੈਲੀ ਆਹ ਸੂਚਨਾਵਾਂ ਲਿਖਿਆ ਜੀ ਸਖ਼ਤ ਮਨਾ ਜੀ ਸ਼ਰਾਬ ਨਹੀਂ ਪੀ ਸਕਦੇ ਜੀ ਗੰਦਗੀ ਨਹੀਂ ਫੈਲਾ ਸਕਦੇ ਜੀ ਅੱਛਾ ਉਹ ਖਾਣਾ ਵਗੈਰਾ ਉਹ ਚਲਾਉਂਦੇ ਆ ਮਜ਼ਾ ਆ ਗਿਆ ਰਿਸ਼ੀਕੇਸ਼ ਪਰ ਅਸੀਂ ਥੱਕ ਗਏ ਸਵੇਰ ਦੇ ਯਾਰ ਗੱਡੀ ਚਲਾ ਰਾਤ ਦੇ ਚੱਲੇ ਹਾਂ ਸੁੱਤੇ ਨਹੀਂ ਅਸੀਂ ਕੱਲ੍ਹ ਦੇ ਜੀ ਪਰਸੋਂ ਦੇ ਇੱਦਾਂ ਹੀ ਭੱਜ ਰਹੇ ਚਲੋ ਜੀ ਆ ਜਾਓ ਆ ਇੱਕ ਆਹ ਲੋਕੇਸ਼ਨ ਜੀ ਕੈਂਪਿੰਗ ਬੜੇ ਕੈਂਪ ਮਿਲ ਜਾਂਦੇ ਇੱਥੇ ਜੀ ਸ਼ਿਵਪੁਰੀ 'ਚ ਮਹਿੰਗੇ ਵੀ ਕਾਫੀ ਆਹ ਲੋਕੇਸ਼ਨ ਇੱਕ ਬੈਟਰ ਇੱਕ ਆਹ ਕੈਂਪਿੰਗ ਇਹ ਇੱਕ ਆਹ ਉੱਪਰ ਕੈਂਪਿੰਗ ਬਣੀ ਜੀ ਆਹ ਦੇਖੋ ਇਹ ਕਿੱਧਰੋਂ ਰਾਹ ਕਿੱਧਰੋਂ ਆ ਜੀ ਜੀ ਹਜੇ ਬੰਦਾ ਬਣ ਰਹੇ ਆ ਜੀ ਆਪਾਂ ਦੇਖ ਰਹੇ ਸੀ ਕਿਹੜੇ ਕਿਹੜੇ ਕੈਂਪ ਇਸ ਪਹਾੜੀ 'ਤੇ ਆ ਗਏ ਅਤੇ ਸਭ ਤੋਂ ਸੋਹਣੇ ਆਪਣੇ ਹੀ ਕੈਂਪ ਲੱਗੇ ਮੈਨੂੰ ਜਿੱਥੇ ਹਰ ਫੈਸਿਲਿਟੀ ਹੈਗੀ ਅੰਦਰ ਹੀ ਵਾਸ਼ਰੂਮ ਆ ਜੀ ਕੀ ਨਾ ਸੀ ਬਿੱਲਾ ਬੌਂਗ ਬਿੱਲਾ ਬੌਂਗ ਨਾਮ ਬੜਾ ਸੋਹਣਾ ਰੱਖਿਆ ਇਹਨਾਂ ਨੇ ਅਤੇ ਵੈਸੇ ਸੋਹਣੇ ਕੈਂਪ ਆ ਜੀ ਮੈਨੂੰ ਤਾਂ ਸੋਹਣੇ ਲੱਗੇ ਆ ਰਿਹਾ ਜੀ ਆਪਣਾ ਸਾਹਮਣੇ ਉਹ ਦੇਖੋ ਬੈਗ ਉਠਾਈ ਆਪਣੇ ਸਮਾਨ ਕੱਪੜੇ ਵਗੈਰਾ ਉਹ ਗੱਡੀਆਂ ਲੱਗੀਆਂ ਥੱਲੇ ਪਾਰਕਿੰਗ ਦੇ ਕਿਉਂਕਿ ਚੜ੍ਹਾਈ ਉੱਪਰ ਬਹੁਤ ਸਿੱਧੀ ਆ ਅਤੇ ਰਸਤਾ ਕੱਚਾ ਜੀ ਉਹ ਲਓ ਜੀ ਕਾਸ਼ ਬਾਈ ਬੈਗ ਉਠਾਤੇ ਹੋਏ ਆ ਰਹੇ ਜੀ ਕਿਤਨਾ ਕੁ ਮੁਸ਼ਕਿਲ ਹੈ ਜੀ ਲਓ ਜੀ ਬ੍ਰਾਈਡਲ ਅਤੇ ਗਰੂਮ ਆ ਰਹੇ ਬੈਗ ਚੁੱਕ ਕੇ ਸਾਹਮਣੇ ਪਹਾੜੀਆਂ 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 ਜਦੋਂ ਵੀ ਕਿਤੇ ਆਓ ਤਾਂ ਇਸੇ ਕੈਂਪ 'ਚ ਬਿੱਲਾ ਬੌਂਗ ਬਿੱਲਾ ਬੌਂਗ ਕੈਂਪ ਨੰਬਰ 1 ਕੈਂਪ ਐਂਡ 12 ਨੰਬਰ ਕਮਰਾ ਜੀ ਆਪਣਾ ਆ ਜੀ ਕਾਸ਼ ਭਾਈ ਆਪਣੇ ਦਿੱਲੀ ਤੋਂ ਅਤੇ ਦੀਪਾਂਕਰ ਭਾਈ ਨਹੀਂ ਆਏ ਪਰ ਹਾਂਜੀ ਬਲੋਗਿੰਗ ਕਰਤਾ ਮੈਂ ਆਪਕੋ ਨਹੀਂ ਪਤਾ ਅੱਜ ਦਿਖਾਏਂਗੇ ਆਪਕੋ ਕੈਸੇ ਬਲੋਗਿੰਗ ਕਰਦੇ ਪੱਖਾ ਚਲਾਓ ਜੀ ਗਰਮੀ ਬੜੇਗੀ ਜੀ ਇਹ ਜੀ ਹਮਾਰੇ ਬੈਡਰੂਮ ਦੇਖੋ ਅਕੇਲਾ ਅਕੇਲਾ ਬੰਦਾ ਲੇਟੇ ਮਾਰੇ ਜੈਸੇ ਮਰਜ਼ੀ ਲਓ ਜੀ ਖਾਣਾ ਲੱਗ ਚੁੱਕਾ ਹੈ ਖਾਣ ਲੱਗ ਕੇ ਹਾਂ ਅਸੀਂ ਸੌ ਗਏ ਸੀ ਨੀਂਦ ਬੜੀ ਆ ਗਈ ਸੀ 15 ਮਿੰਟ ਸੁੱਤੇ ਨਾਲ ਹੀ ਸੁਰਿੰਦਰ ਭਾਜੀ ਖਾਣਾ ਖਾਣ ਲੱਗੇ ਹੋਣਾ ਹਰਦੀਪ ਭਾਜੀ ਆ ਸੁਰਿੰਦਰ ਆ ਦੇਖੋ ਮੇਰੇ ਪਿੱਛੇ ਬੈਕਗਰਾਊਂਡ ਤੁਸੀਂ ਦੇਖ ਰਹੇ ਹੋਗੇ ਕਿੰਨੀ ਹੈ ਵਧੀਆ ਜਿਹੜੇ ਆਪਣੇ ਹਰਸਮੈਨ ਨੇ ਅਤੇ ਬਹੁਤ ਸੋਹਣਾ ਕੰਮ ਕੀਤਾ ਪ੍ਰੋਜੈਕਟ ਬਹੁਤ ਸੋਹਣਾ ਜਦੋਂ ਵੀ ਤੁਸੀਂ ਆਪਣਾ ਆਪਣਾ ਰਿਸ਼ੀਕੇਸ਼ ਸ਼ੂਟ ਕਰਨ ਜਾਣਾ ਕਿਸੇ ਵੀਰ ਭਰਾ ਨੇ ਪੰਜਾਬ ਤੋਂ ਅਤੇ ਬਿੱਲਾ ਬੌਂਗ ਜੀ ਲੋਕੇਸ਼ਨ ਦਾ ਨੇਮ ਅਤੇ ਜਿਸ ਨੇ ਅੰਮ੍ਰਿਤਸਰ ਜਿੱਦਾਂ ਜਲੰਧਰ ਤੋਂ ਆਉਣਾ ਹੋਵੇ ਅਤੇ ਉਹਨਾਂ ਲਈ ਰਿਸ਼ੀਕੇਸ਼ ਸ਼ਿਵਪੁਰੀ ਜਿਹੜਾ ਇੱਥੇ ਜਿਸ ਇਸ ਜਗ੍ਹਾ 'ਤੇ ਖੜੋਤੇ ਹਾਂ ਸ਼ਿਵਪੁਰੀ ਨਾਂ ਆ ਜੀ ਰਿਸ਼ੀਕੇਸ਼ 'ਚ ਰਿਸ਼ੀਕੇਸ਼ ਤੋਂ ਕਮ ਸੇ ਕਮ 10-20 ਕਿਲੋਮੀਟਰ ਅੱਗੇ ਆ ਜੀ ਅਤੇ ਤੁਸੀਂ ਬੜੇ ਆਰਾਮ ਨਾਲ ਆਪਣਾ ਜਿਹੜੇ ਜਲੰਧਰ ਅਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆਪਣੇ ਵੀਰ ਭਰਾ ਫੋਟੋਗ੍ਰਾਫਰ ਅਤੇ ਇੱਥੇ ਸ਼ੂਟ ਕਰਨ ਲਈ ਆ ਸਕਦੇ ਨੇ ਅਤੇ ਤੁਹਾਨੂੰ ਜੇ ਤਾਂ ਤੁਸੀਂ ਪਹਾੜੀ ਇਲਾਕੇ ਥਾਣੀ ਆਉਣਾ ਤਾਂ ਤੁਸੀਂ ਵਾਇਆ ਮੋਹਾਲੀ ਆ ਸਕਦੇ ਹੋ ਚੰਡੀਗੜ੍ਹ ਚੰਡੀਗੜ੍ਹ ਤੋਂ ਆਪਣਾ ਕਾਲਾ ਅੰਬ ਨਾਹਨ ਅਤੇ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਦੇਹਰਾਦੂਨ ਤੋਂ ਤੁਸੀਂ ਰਿਸ਼ੀਕੇਸ਼ ਅਤੇ ਉੱਧਰ ਥਾਣੀ ਤੁਹਾਨੂੰ ਟੋਲ ਟੈਕਸ ਵੀ ਘੱਟ ਪੈਣਗੇ ਅਤੇ ਪਰ ਉੱਧਰ ਇਹ ਕਿ ਤੁਹਾਨੂੰ ਪਹਾੜੀ ਇਲਾਕਾ ਥੋੜ੍ਹਾ ਕਸ਼ਟ ਸਹਿਣਾ ਪਊ ਜ਼ਿਆਦਾ ਪੈਣਾ
ਤੇ ਜੇ ਤੁਸੀਂ ਆਉਣਾ ਚਾਹੁੰਦੇ ਹੋ ਸਮੂਥ ਰੋਡ ਜਿੱਦਾਂ ਦਿੱਲੀ ਹੋ ਗਿਆ ਸਿੱਧਾ ਸਿੱਧਾ ਰੋਡ ਵਾਇਆ ਜ਼ਿਆਦਾ ਨਹੀਂ ਪਹਾੜੀ ਇਲਾਕੇ ਅਤੇ ਤੁਸੀਂ ਵਾਇਆ ਅੰਬਾਲਾ ਆ ਸਕਦੇ ਹੋ ਅੰਬਾਲਾ ਸਹਾਰਨਪੁਰ ਯੂਪੀ ਥਣੀ ਅਤੇ ਪਰ ਉੱਧਰ ਟੋਲ ਟੈਕਸ ਬਹੁਤ ਪਊਗਾ ਤੁਹਾਨੂੰ ਕਮ ਸੇ ਕਮ 500-600 ਦਾ ਟੋਲ ਇੱਕ ਸਾਈਡ ਦਾ ਪੈ ਜਾਣਾ ਅਤੇ ਆਉਣ ਜਾਣ ਦਾ 1000 ਦਾ ਕਮ ਸੇ ਕਮ 1000 ਰੁਪਏ ਦਾ ਟੋਲ ਲੱਗ ਜਾਣੇ ਤੁਹਾਡੇ ਕਿਉਂਕਿ 7-8 ਟੋਲ ਟੈਕਸ ਲੱਗ ਜਾਂਦੇ ਨੇ ਅਤੇ ਤੁਸੀਂ ਬੜੇ ਆਰਾਮ ਨਾਲ ਸਹਾਰਨਪੁਰ ਤੋਂ ਇੱਧਰ ਆ ਸਕਦੇ ਹੋ ਆਪਣਾ ਉਸ ਸਹਾਰਨਪੁਰ ਤੋਂ ਅੱਗੇ ਆ ਕੇ ਦੋ ਰਸਤੇ ਫਿਰ ਮੁੜਦੇ ਨੇ ਇੱਕ ਹਰਿਦੁਆਰ ਨੂੰ ਚੱਲ ਜਾਂਦਾ ਹਰਿਦੁਆਰ ਤੋਂ ਵਾਇਆ ਰਿਸ਼ੀਕੇਸ਼ ਅਤੇ ਇੱਕ ਚੱਲ ਜਾਂਦੀ ਆਪਣਾ ਇਹ ਕੀ ਆ ਲਓ ਜੀ ਕ੍ਰਿਸ਼ਨ ਦੀ ਪੇਂਟਿੰਗ ਸੜੇ ਬਣੀ ਮੇਰੇ ਕੋਲ ਹੁੱਕਾ ਹਰਦੀਪ ਪੀਏਗਾ ਹੁੱਕਾ ਜੀ ਹਰਦੀਪ ਦਾ ਮੜਾ ਇੱਕ ਅਸ਼ਲਾ ਮੜਾ ਆ ਦੇਖੋ ਜੀ ਸੈਂਡੀ ਸ਼ਰਮਾ ਹੁਣ ਇੰਜੋਏ ਕਰਦੇ ਆਏ ਪਰ ਉਹਨਾਂ ਸ਼ਾਟ ਮਿਸ ਕਰ ਦਿੱਤਾ ਆਪਣਾ ਅਸੀਂ ਆਪਣਾ ਸ਼ੂਟ ਕਰਦੇ ਆ ਲਓ ਜੀ ਆਪਾਂ ਨਿਕਲ ਲਾਂਗੇ ਸ਼ੂਟ 'ਤੇ ਹੁਣ ਚਾਬੀ ਕਿਹੜੀ ਚਾਬੀ ਗੱਡੀ ਦੀ ਚਾਬੀ ਗੱਡੀ 'ਚ ਹੀ ਆ ਇਹਦੇ ਨਾਲ ਨਹੀਂ ਖੁੱਲਦੀ ਸਕੂਟਰੀ ਚਾਬੀ ਲੱਭੂ ਲਓ ਦੇਖੋ ਭਾਰੀਆਂ ਨੇ ਇੱਥੇ ਯਾਰ ਨੀਂਦ ਬੜੀ ਵਧੀਆ ਆਈ ਸੀ ਠੀਕ ਹੈ ਸਰ ਠੀਕ ਹੈ ਦੇਖਦੇ ਹਾਂ ਕਿਆ ਕਿਆ ਵਹਾਂ ਪੇ ਆਪਾਂ ਪਹੁੰਚ ਗਏ ਹਾਂ ਜੀ ਸ਼ਿਵਪੁਰੀ ਲੋਕੇਸ਼ਨ 'ਤੇ ਬਹੁਤ ਪ੍ਰੀ ਵੈਡਿੰਗ ਚੱਲ ਰਹੀ ਹੈ ਐਂ ਲੱਗ ਰਿਹਾ ਜਿੱਦਾਂ ਪੂਰਾ ਦਿੱਲੀ ਇੱਥੇ ਸ਼ੂਟ ਕਰਨ ਆਇਆ ਹੋਵੇ ਹਾਂ ਓਏ ਆਹ ਦੇਖੋ ਪੁੱਲ ਪੂਰਾ ਭਰਿਆ ਪਿਆ ਦੇਖ ਦੇਖੋ ਕਿੰਨੀ ਪਬਲਿਕ ਸ਼ੂਟ ਕਰ ਲਈ ਓਨਲੀ ਬਾ ਪ੍ਰੀ ਵੈਡਿੰਗ ਹੋ ਰਹੀ ਹੈ ਇੱਥੇ ਰਸ਼ ਦੇਖੋ ਕਿੰਨੇ ਥੋੜ੍ਹਾ ਐਂਗਲ ਬਣਾਉਂਦੇ ਲੰਡਨ ਬ੍ਰਿਜ ਲੱਗਣਾ ਸੀ ਪੂਰਾ ਲੋਕੇਸ਼ਨ ਪੀਂਗ ਵਾਲੀ ਲੋਕੇਸ਼ਨ ਹੈ ਜੀ ਇੱਥੇ ਆਹ ਦੇਖੋ ਉਹ ਸਾਵੇਂ ਫਲਾਈ ਕਿੰਨੇ ਸ਼ੂਟ ਚੱਲਦੇ ਦੇਖੋ ਰਸ਼ ਦੇਖੋ ਕੀ ਸ਼ੂਟ ਹੋ ਗਏ ਇੱਥੇ ਰਸ਼ ਦੇਖੋ ਮੈਂ ਤਾਂ ਉਨੇ ਦੀ ਸਲਾਹ ਦਿੰਦਾ ਦਾ ਇੱਥੇ ਰਸ਼ ਬਹੁਤ ਦਿੱਲੀ ਦਾ ਜਿੰਨੇ ਵੀ ਬੰਦੇ ਇੱਥੇ ਆ ਰਹੇ ਹੁੰਦੇ ਆ ਦੇਖੋ ਸਾਡੇ ਬੰਦੇ ਸੈੱਟ ਕਰ ਰਹੇ ਬਹੁਤ ਰਸ਼ ਹੈ ਜੀ ਆਹ ਹੁਣ ਇੰਨੀ ਕੁ ਜਗ੍ਹਾ ਦਾ ਸਿਰਫ ਇਹਨਾਂ ਨੇ 500 ਰੁਪਏ ਸ਼ੂਟ ਦਾ ਚਾਰਜ ਆ ਪੈਸੇ ਬਹੁਤ ਲੁੱਟਦੇ ਇੱਥੇ ਸ਼ੂਟ ਦੇ ਆ ਜਾਓ ਜੀ ਅੱਜ ਨੀਚੇ ਆ ਜਾਓ ਜੀ ਲਓ ਜੀ ਹਰਦੀਪ ਜੀ ਮੈਂ ਆਪਣਾ ਸ਼ੋਟ ਕਰ ਚੁੱਕਾ ਜੀ ਮੇਰਾ ਸ਼ੋਟ ਲਾਇਆ ਹਰਦੀਪ ਨਹੀਂ ਨਹੀਂ ਕਰ ਦਿੱਤਾ ਇਹ
ਆਕਾਸ਼ ਭਾਈ ਇੱਕ ਕੈਮਰਾ ਫੇਸ ਕਰਾ ਲਓ ਇੱਕ ਲਾਈਟ ਵਾਲਾ ਦਿਖਾ ਲਓ ਠੀਕ ਹੈ ਇਹ ਮੈਮ ਵੀ ਦਿੱਲੀ ਸੇ ਹੈ ਜੀ ਆਪਕਾ ਨਾਮ ਕਿਆ ਹੈ ਪ੍ਰਿਯੰਕਾ ਸਰਕਾਰ ਪ੍ਰਿਯੰਕਾ ਸਰਕਾਰ ਜੀ ਸਰਕਾਰੇ ਸਰਕਾਰੇ ਇਹ ਗਾਂਗੁਲੀ ਹੈ ਗਾਂਗੁਲੀ ਰਿੰਪੀ ਗਾਂਗੁਲੀ ਔਰ ਕੀ ਜੀ तो बहुत बढ़िया शूट चल रहा है जी कपल बहुत अच्छा करवा रहे हैं काम तो ऐसे ही करवाते हैं ताजो फोटोग्राफी को सानी हो करते हैं एक दूसरे को देखो चेंज नाइट लोकेशन देख लो रात हो चुकी है जी हम जा रहे हैं जी और देखो कितने हर सेट के पैसे रख दिए अब तो ये तेरा आई थिंक 8 या 9 साल हो चुके हैं और इस जर्नी में काफ़ी सारे अप एंड डाउन आए और कई बार चीज़ें बहुत ज़्यादा तो नाइट व्यू अपनी लोकेशन का देखो पूरी ठंड आप शूट करके हूँ आप पैकिंग कर ली आप सौन लगे गुड नाइट गाइस सवेरे मिलते हैं तुहानू फिर इस लोकेशन दे बैक टू शूट